रहे हैं वो हैगी ग्लूटन फ्री डेयरी फ्री परौंठे की। तो ये जिहड़े इनग्रीडियंट्स चाहिए ने वो है स्वीट पोटेटो, वैजिटेबल्स, ग्रीन वैजिटेबल्स, तुसी कोई भी वैजिटेबल्स लै सकते हो, ये एक्स्ट्रा वर्जिन कोकोनट ऑयल, रागी का आटा, तो मसाले ये मैं लिते है नमक, हल्दी ते जीरा पाउडर, क्योंकि ये मैं बच्चे लिए बना रही हूँ तो ज़्यादा स्पाइसी नहीं बना रही। तुसी ये कोई भी स्पाइसिस, मिर्चा ते कोई भी स्पाइसिस अपने हिसाब नाल पा सकते हो। तो क्योंकि आप ग्लूटन फ्री परौंठी बना रहे हैं तो करके ये स्वीट पोटैटो, पंपकिन, आलू इन्हां तिन्हां दे विचों एक चीज़ जरूर होवे। तो सब्जियां तुसी कोई भी लै सकते हो। ज़्यादातर कॉम्बीनेशन रागी दे आटे नाल स्वीट पोटैटो का वधिया रहिंदा, क्योंकि इन्हां दे विच स्वीटनैस हुंदी है थोड़ी जी आटे विच भी, तो स्वीट पोटैटो दे विच भी। तो जे तुसी पंपकिन या पोटैटो यूज़ कर रहे हो तो उहदे नाल बाजरे का आटे का कॉम्बीनेशन भी अच्छा रहिंदा है। ये हैगा अपना फर्स्ट स्टैप जिहदे च आपां सारियां वैजिटेबल्स नूं स्टीम करांगे। ਤਾਂ ਇਹਦੇ ਵਿੱਚ ਥੱਲੇ ਪਾਣੀ ਪਾ ਕੇ ਸਟੀਮਰ ਰੱਖੇ ਅਤੇ ਸਵੀਟ ਪੋਟੈਟੋ ਨੂੰ ਛੋਟੇ ਪਾਰਟਸ 'ਚ ਕੱਟ ਲਿਆ ਅਤੇ ਉਹਦੇ ਵਿੱਚੋਂ ਸਾਰੀਆਂ ਵੈਜੀਟੇਬਲਸ ਪਾ ਦਿੱਤੀਆਂ, ਗ੍ਰੀਨ ਵੈਜੀਟੇਬਲਸ। ਸੋ ਇਸ ਟਾਈਮ ਮੈਂ ਯੂਜ਼ ਕਰ ਰਹੀ ਹਾਂ ਇਹਦੇ 'ਚ ਬਰੋਕਲੀ, ਬੀਨਸ ਅਤੇ ਪੀਸ, ਅਤੇ ਇਹਨਾਂ ਨੂੰ ਸਟੀਮਰ ਦੇ ਵਿੱਚ ਰੱਖ ਦੇਣਾ ਹੈ ਅਤੇ 15 ਮਿੰਟਸ ਦੇ ਵਿੱਚ ਇਹ ਸਟੀਮ ਹੋ ਜਾਂਦੀਆਂ ਨੇ। ਤੁਸੀਂ ਇਹਨੂੰ ਫੋਕ ਦੇ ਨਾਲ ਚੈੱਕ ਕਰ ਸਕਦੇ ਹੋ ਅਤੇ ਜਦੋਂ ਫੋਕ ਟੈਂਡਰ ਹੋਣ ਤਾਂ ਇਹਦਾ ਮਤਲਬ ਉਹ ਸਟੀਮ ਹੋ ਗਿਆ ਨੇ। ਹੁਣ ਇਹ ਸਾਡੀਆਂ ਵੈਜੀਟੇਬਲਸ ਸਟੀਮ ਹੋ ਚੁੱਕੀਆਂ ਨੇ ਅਤੇ ਇਹਨਾਂ ਨੂੰ ਜ਼ਿਆਦਾ ਠੰਡਾ ਨਹੀਂ ਕਰਨਾ, ਥੋੜ੍ਹਾ ਜਿਹਾ ਗਰਮ ਗਰਮੀ ਕੱਢ ਲੈਣਾ ਅਤੇ ਫਿਰ ਫੋਕ ਦੇ ਨਾਲ ਮੈਸ਼ ਕਰ ਲੈਣਾ। ਮੈਸ਼ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਸਪਾਈਸਿਸ ਐਡ ਕਰ ਦਾਂਗੇ, ਸੋਲਟ, ਹਲਦੀ ਅਤੇ ਜੀਰਾ ਪਾਊਡਰ। ਉਸ ਤੋਂ ਬਾਅਦ ਇਹ ਹੈਗਾ ਰਾਗੀ ਦਾ ਆਟਾ। ਹੁਣ ਜਿਵੇਂ ਆਪਾਂ ਕਣਕ ਦਾ ਆਟਾ ਗੁੰਨਦੇ ਹਾਂ ਉਹਦੇ 'ਚ ਅੰਦਾਜ਼ੇ ਨਾਲ ਪਾਣੀ ਪਾ ਕੇ ਗੁੰਨਦੇ ਹਾਂ ਤਾਂ ਉਸੇ ਤਰ੍ਹਾਂ ਹੀ ਇਹਦੇ 'ਚ ਰਾਗੀ ਦਾ ਆਟਾ ਪਾਉਣਾ, ਪਰ ਥੋੜ੍ਹਾ ਪਾਉਣਾ ਅਤੇ ਆਪਾਂ ਪਾਣੀ ਕੋਈ ਬਿਲਕੁਲ ਵੀ ਨਹੀਂ ਐਡ ਕਰ ਰਹੇ ਹੈਗੇ ਇਹਦੇ 'ਚ, ਅਤੇ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਪਾ ਕੇ ਇਹਨੂੰ ਮਿਕਸ ਕਰੀ ਜਾਣਾ। ਤੁਸੀਂ ਨੋਟ ਕਰੋਗੇ ਵੀ ਇਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਆਟਾ ਨਹੀਂ ਯੂਜ਼ ਕਰਨਾ ਅਤੇ ਇੰਨੇ ਕੁ ਨਾਲ ਹੀ ਅੱਛਾ ਬਣ ਜਾਏਗਾ, ਕਿਉਂਕਿ ਇਹ ਗਰਮ ਹੈ ਤਾਂ ਮੈਂ ਇਹਨੂੰ ਫੋਕ ਦੇ ਨਾਲ ਹੀ ਵਿੱਚ ਮਿਕਸ ਕਰ ਰਹੀ ਹਾਂ। ਫਿਰ ਜਦੋਂ ਹੋਰ ਥੋੜ੍ਹਾ ਠੰਡਾ ਹੋ ਗਿਆ ਤਾਂ ਆਪਾਂ ਇਹਨੂੰ ਹੱਥ ਦੇ ਨਾਲ ਮਿਕਸ ਕਰ ਲਾਂਗੇ। ਹੁਣ ਜਦੋਂ ਇਹ ਆਟਾ ਠੰਡਾ ਹੋ ਗਿਆ 5-7 ਮਿੰਟਾਂ ਬਾਅਦ ਤਾਂ ਇਹਨੂੰ ਹੱਥ ਦੇ ਨਾਲ ਮਿਕਸ ਕਰ ਲਿਆ। ਤਾਂ ਇੱਕ ਗੱਲ ਹੋਰ ਨੋਟ ਕਰਿਓ ਵੀ ਇਹਨੂੰ ਜਿਵੇਂ ਆਪਾਂ ਵੀਟ ਦਾ ਆਟਾ ਗੁੰਨਦੇ ਹਾਂ ਉਹਦੇ ਵਾਂਗੂ ਨਹੀਂ ਗੁੰਨਣਾ, ਇਹ ਥੋੜ੍ਹਾ ਸੌਫਟ ਸੌਫਟ ਹੀ ਰਹੂਗਾ। ਅਦਰਵਾਈਜ਼ ਬਾਜਰੇ ਅਤੇ ਰਾਗੀ ਦੀ ਜਿਹੜਾ ਫੁਲਕਾ ਹੈ ਜਾਂ ਪਰੌਂਠਾ ਹੈ ਉਹ ਬੜਾ ਹਾਰਡ ਹੁੰਦਾ। ਤਾਂ ਆਪਾਂ ਸਿਰਫ ਇੱਥੇ ਵੈਜੀਟੇਬਲਸ ਦਾ ਮੋਇਸਚਰ ਹੀ ਯੂਜ਼ ਕਰ ਰਹੇ ਹਾਂ ਅਤੇ ਇਹਦੀ ਕੰਸਿਸਟੈਂਸੀ ਵੀ ਇੱਦਾਂ ਦੀ ਰੱਖਣੀ ਹੈ। ਹੁਣ ਆਪਾਂ ਥਰਡ ਅਤੇ ਲਾਸਟ ਸਟੈਪ ਵੱਲ ਆ ਗਏ ਜਿੱਥੇ ਆਪਾਂ ਪ੍ਰੈਕਟੀਕਲੀ ਪਰੌਂਠਾ ਬਣਾ ਰਹੇ ਹਾਂ ਹੁਣ। ਅਤੇ ਪਹਿਲਾਂ ਪੈਨ ਦੇ ਵਿੱਚ ਥੋੜ੍ਹਾ ਜਿਹਾ ਕੋਕੋਨਟ ਆਇਲ ਪਾ ਲਿਆ, ਕਿਉਂਕਿ ਮੈਂ ਡੇਅਰੀ ਫਰੀ ਬਣਾ ਰਹੀ ਹਾਂ ਤਾਂ ਮੈਂ ਇਹਦੇ 'ਚ ਕੋਕੋਨਟ ਆਇਲ, ਐਕਸਟਰਾ ਵਰਜਨ ਕੋਕੋਨਟ ਆਇਲ ਯੂਜ਼ ਕੀਤਾ। ਤੁਸੀਂ ਘੀ ਵੀ ਯੂਜ਼ ਕਰ ਸਕਦੇ ਹੋ। ਅਤੇ ਇਸ ਨੂੰ ਥੋੜ੍ਹਾ ਜਿਹਾ ਫੁਲਾ ਲਿਆ ਅਤੇ ਫਲੇਮ ਹੈ ਜਿਹੜੀ ਉਹ ਲੋ ਜਾਂ ਮੀਡੀਅਮ ਹੀ ਰੱਖਣੀ ਆ। ਉਸ ਤੋਂ ਬਾਅਦ ਆਪਾਂ ਕੋਈ ਵੇਲਣਾ ਨਹੀਂ, ਇਹਦੇ 'ਚ ਕੁਛ ਨਹੀਂ ਕਰਨਾ, ਹੱਥ ਦੇ ਨਾਲ ਹੀ ਥੋੜ੍ਹਾ ਜਿਹਾ ਆਟਾ ਲੈ ਕੇ ਇਸ ਨੂੰ ਇਹਦੇ ਉੱਪਰ ਇੱਦਾਂ ਫੈਲਾ ਦੇਣਾ। ਅਤੇ ਇਹਨੂੰ ਆਪਾਂ ਪੱਕਣ ਦੀ ਵੇਟ ਕਰਾਂਗੇ, ਫਿਰ ਆਪਾਂ ਇਹਦੀ ਸਾਈਡ ਚੇਂਜ ਕਰਾਂਗੇ। ਟਾਈਮ ਜ਼ਰੂਰ ਲੱਗ ਜਾਂਦਾ ਇਹਨੂੰ ਬਣਨ 'ਚ ਥੋੜ੍ਹਾ ਜਿਹਾ, ਪਰ ਇਹ ਬੜਾ ਹੀ ਸੌਫਟ ਅਤੇ ਬਹੁਤ ਹੀ ਸਵਾਦ ਬਣਦਾ। ਹੁਣ ਆਪਾਂ ਇਹਨੂੰ ਵੇਟ ਕਰਾਂਗੇ ਫਲਿੱਪ ਕਰਨ ਤੋਂ ਪਹਿਲਾਂ। ਹੁਣ ਇਹ 2 ਮਿੰਟ ਬਾਅਦ ਹੀ ਜੇ ਤੁਸੀਂ ਦੇਖੋਗੇ ਤਾਂ ਇਹ ਇਸ ਤਰ੍ਹਾਂ ਪੈਨ ਦੇ ਉੱਪਰ ਬਿਲਕੁਲ ਵੀ ਨਹੀਂ ਚਿਪ ਪਿਆ, ਅਤੇ ਇਹ ਇੱਦਾਂ ਹਿਲਾ ਕੇ ਚੈੱਕ ਕਰ ਸਕਦੇ ਹੋ। ਹੁਣ ਇਹ ਅਸੀਂ ਸਾਈਡ ਫਲਿੱਪ ਕਰ ਲਈਏ ਅਤੇ ਇਹਨੂੰ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਕੁੱਕ ਕਰ ਲੈਣਾ। ਜਦੋਂ ਤੁਹਾਡੀ ਸੈਟਿਸਫੈਕਸ਼ਨ ਹੋ ਜਾਏ ਕਿ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਕੁੱਕ ਹੋ ਗਿਆ, ਫਿਰ ਇਹਨੂੰ ਪਲੇਟ 'ਚ ਉਤਾਰ ਲਿਆ। ਤਾਂ ਇਹ ਸਾਡੀ ਪਰੌਂਠੀ ਬਣ ਕੇ ਤਿਆਰ ਹੈ। ਇਸ ਦੇ ਉੱਪਰ ਤੁਸੀਂ ਥੋੜ੍ਹਾ ਜਿਹਾ ਕੋਕੋਨਟ ਆਇਲ ਲਾ ਸਕਦੇ ਹੋਗੇ ਜੇ ਤੁਸੀਂ ਫਰਾਈ ਕਰਦੇ ਹੋਏ ਬਹੁਤਾ ਨਹੀਂ ਲਗਾਉਣਾ ਤਾਂ। ਥੈਂਕਸ ਫੋਰ ਯੋਰ ਟਾਈਮ।